जी सत श्री अकाल ते नाले जिहड़ी तुहाडी हुण ड्यूटी बणदी आ चैनल नूं सबसक्राइब कर दो एदां उंगल मार के नाले ही बैल आईकोन बणिया होया घंटी जिही उहदे ते भी मार दो क्योंकि जदों कोई नवीं चीज़ असीं होर पाई तां तुहानूं नाल दी नाल नोटिफिकेशन आ जू। भैण नाल विआह करवाउण लई दोषी ने उसदे भरा नूं कीता अगवा। मामला मोगा दे कैटी शेखां दा है जिथे कुछ व्यक्तियों ने भगवान दास नां दे प्रवासी मजदूर दे 7 महीनियां दे बच्चे नूं अगवा कर लिया सी। पुलिस दे 12 घंटिआं अंदर केस हल करदे आ ना सिर्फ बच्चे नूं बरामद करी परिवार नूं सौंप दित्ता है सगो 4 दोषियों नूं गिरफ्तार भी कर लिया है। पुलिस मुताबिक अद खड़ उम्र दा सोहन सिंह भगवान दास दी नाबालिग बेटी नाल विआह करवाउणा चाहुंदा सी। भगवान दास ने मना ਕਰ ਦਿੱਤਾ। ਇਸ ਕਿਡਨੈਪਿੰਗ ਦੀ ਵਜ੍ਹਾ ਬਣੀ ਹੈ ਹੈਵੀ ਸੀ ਔਲਾਦ ਹੈਵੀ ਸੀ ਮੇਰੇ 25 ਸਾਲ ਤੋਂ ਵਿਆਹ ਹੋਇਆ ਹੋਇਆ ਸੀਗਾ ਔਰ ਇਹਦੇ ਇੱਥੋਂ ਇਹ ਗੱਲ ਸਾਬਤ ਵੀ ਹੁੰਦੀ ਕਿ ਉਹਨੂੰ ਭਗਵਾਨ ਦਾਸ ਨੂੰ ਕਿਡਨੈਪ ਬੱਚੇ ਦੇ ਪਿਓ ਨੂੰ ਇਹ ਕਹਿੰਦਾ ਸੀ ਕਿ ਤੂੰ ਆਪਣੀ ਕੁੜੀ ਦਾ ਰਿਸ਼ਤਾ ਮੇਰੇ ਨਾਲ ਕਰ ਦੇ ਤਾਂ ਕਿ ਮੇਰੇ ਕੋਲ ਔਲਾਦ ਹੋ ਸਕੇ। ਸੋ ਇਹਨੂੰ ਔਲਾਦ ਦੀ ਬੱਚੇ ਦੀ ਲਾਲਸਾ ਸੀ ਜਿਹਦੇ ਕਰਕੇ ਬੱਚੇ ਨੂੰ ਬਾਹਰ ਟੋਟਲ 7 ਬੰਦੇ ਸੀ ਜਿਹੜੇ ਇਹ ਜਿਨ੍ਹਾਂ ਨੇ ਪਲੈਨ ਕਰਕੇ ਕਿਡਨੈਪ ਕੀਤਾ। ਇਹਦੇ ਵਿੱਚੋਂ 4 ਅਰੈਸਟ ਹੋ ਚੁੱਕੇ ਨੇ ਜਿਹਦੇ ਵਿੱਚ ਸੋਹਣ ਸਿੰਘ ਉਹਦੀ ਵਾਈਫ ਪਰਮਜੀਤ ਪੰਮੀ ਇਹਦਾ ਭਰਵਈਆ ਸਤਪਾਲ ਅਤੇ ਭੈਣ ਸੀ ਉਹ ਇਹ ਅਰੈਸਟ ਹੋ ਚੁੱਕੇ ਨੇ ਅਤੇ ਬਾਕੀ ਜਿਹੜੇ 3 ਨੇ ਉਹ ਅਰੈਸਟ ਹੋਣੇ ਜੀ। ਮਾਮਲੇ ਦੇ 3 ਦੋਸ਼ੀ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।